ਇਹ ਸਾਨੂੰ ਕਿਸੇ ਸੱਜਣ ਨੇ ਭੇਜਿਆ ਔਰ ਇੱਕ ਮਾਨ ਵਾਲੀ ਗੱਲ ਆ ਕਿ 에ਅਰ ਫੋਰਸ ਦੇ ਇੱਕੋ ਅਧਿਕਾਰੀ ਨੇ ਭੇਜਿਆ ਹੋਇਆ ਮਾਮਲਾ ਹੈ ਜੀ ਜਿਹੜਾ ਸੋ ਸਾਡੇ ਧਿਆਨ ਗੋਚਰ ਆਇਆ ਤੋਂ ਗੱਲ ਇਹ ਆ ਕਿ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਨੇ ਜ਼ਿਕਰ ਕੀਤਾ ਜੀ ਕਿ ਬੱਚਿਆਂ ਨੂੰ ਨਾ ਇੱਕ ਬਿਮਾਰੀ ਹੁੰਦੀ ਹੈ ਨਾਂ ਲੰਬਾ ਚੌੜਾ ਉਹਦਾ ਜੀ ਉਹਦੇ ਵਿੱਚ ਕੀ ਆ ਕਿ ਬੱਚਿਆਂ ਦੀ ਐਂਟੀਬਾਡੀ ਬਣਨੋਂ ਹਟ ਜਾਂਦੀ ਹੈ ਅੱਛਾ ਇਹ ਜਿੱਦਾਂ ਆਪਾਂ ਕਹਿੰਦੇ ਨੇ ਦੁਰਲਭ ਬਿਮਾਰੀਆਂ ਵਿਰਲੀਆਂ ਬਿਮਾਰੀਆਂ ਉਹਨਾਂ ਦੇ ਵਿੱਚੋਂ ਇੱਕ ਆ ਤੇ ਜਿਹੜੀ ਉਹਨਾਂ ਨੇ ਸੂਚੀ ਭੇਜੀ ਆ ਜਾਂ ਸਾਨੂੰ ਪ੍ਰਾਪਤ ਹੋਈ ਆ ਉਹ 19 ਦੀ ਆ ਕਿ ਇਸ ਟਾਈਮ ਪੰਜਾਬ ਦੇ ਵਿੱਚ ਟੋਟਲ 3 ਕਰੋੜ ਪੋਪੂਲੇਸ਼ਨ ਲਾਈਏ ਆਪਾਂ ਤੇ ਉਹਦੇ ਚੋਂ 19 ਬੱਚੇ ਇਸ ਤਰ੍ਹਾਂ ਦੇ ਆ ਜਿਹੜੇ ਬੱਚੇ ਇਸ ਬਿਮਾਰੀ ਤੋਂ ਪੀੜਤ ਨੇ ਇਹਨਾਂ ਨੂੰ ਇੱਕ ਟੀਕਾ ਲੱਗਦਾ ਮਾਨਸਾ ਪੀਜੀਆਈ ਦੇ ਵਿੱਚ 26000 ਰੁਪਏ ਦਾ ਉਹ ਟੀਕਾ ਇੱਕ ਮਹੀਨੇ ਦਾ ਅੱਛਾ ਜੀ ਤਾਂ ਉਹਦੇ ਨਾਲ ਉਹ ਬੱਚੇ ਸਰਵਾਈਵ ਲੱਗਦਾ ਇਹ ਕੁਛਾਈ ਦਿਨ ਹਾਂਜੀ ਇੱਕ ਮਹੀਨੇ ਬਾਅਦ ਅੱਛਾ ਜੀ ਹਰ ਮਹੀਨੇ ਲਗਵਾਉਣਾ ਪਏ ਇਹ ਲੱਗਣਾ ਹੀ ਲੱਗਣਾ ਹੈ ਜੀ ਬੱਚਿਆਂ ਨੂੰ ਕਿਉਂਕਿ ਐਂਟੀਬਾਡੀ ਕੁਦਰਤੀ ਜਿਹੜੀ ਆਪਣੇ ਚ ਐਂਟੀਬਾਡੀ ਬਣਦੀ ਹੈ ਜਿਵੇਂ ਆਪਾਂ ਦੇਖਿਆ ਨਾ ਸਾਰਾ ਕੁਝ ਕਰੋਨਾ ਕਾਲ ਦੇ ਵਿੱਚ ਇਹਨਾਂ ਤੇ ਬਹੁਤ ਚਰਚਾ ਹੋਈ ਹੈ ਜੀ ਐਂਟੀਬਾਡੀ ਬਣਦੀ ਹੈ ਜਿੰਦਾ ਕਹਿ ਲੋ ਕਿ ਇੱਕ ਐਸਾ ਸਿਸਟਮ ਜਿਵੇਂ ਆਪਾਂ ਐਂਟੀ ਵਾਇਰਸ ਨਹੀਂ ਪਵਾ ਲੈਂਦੇ ਜੀ ਤਾਂ ਉਹੀ ਹੈ ਜੀ ਤੋਂ ਆਪਣੇ ਆਪ ਹੀ ਵਾਇਰਸ ਨਾਲ ਲੜ ਕੇ ਉਹਨੂੰ ਖਤਮ ਕਰ ਦਿੰਦੀ ਹੈ ਤਾਂ ਐਂਟੀਬਾਡੀ ਨਹੀਂ ਬਣਦੀ ਜੀ ਅੱਛਾ ਉਹ ਪੀਜੀਆਈ ਚੋ ਟੀਕਾ ਲੱਗਦਾ ਸੀ 26000 ਦਾ ਟੀਕਾ ਲੱਗਦਾ ਸੀ ਸਰਕਾਰ ਪੈਸੇ ਪੇ ਕਰਦੀ ਸੀ ਜਦੋਂ ਦਾ ਬਦਲਾਅ ਆ ਗਿਆ ਉਦੋਂ ਦਾ ਇਸ ਨੀਤੀ ਚ ਵੀ ਬਦਲਾਅ ਆ ਗਿਆ ਕਿ ਨਾਨੀਓ ਪੇਮੈਂਟ ਕਰਨੀ ਬੰਦ ਕਰ ਦਿੱਤੀ ਹੈ ਹੁਣ ਦਿੱਕਤ ਇਹ ਆ ਕਿ ਸਾਨੂੰ ਜੋ ਕਹਾਣੀ ਭੇਜੀ ਗਈ ਹੈ ਕਿ ਇੱਕ ਮੁਕਸਰ ਜ਼ਿਲ੍ਹੇ ਦਾ ਸ਼ਾਇਦ ਪਿੰਡ ਦਾ ਨਾਮ ਵੀ ਮੈਨੂੰ ਭੇਜਿਆ ਹੋਇਆ ਉਹਨਾਂ ਨੇ ਸੁਖਨਾ ਬੁਰੂਆ ਸ਼ਾਇਦ ਪਿੰਡ ਦਾ ਨਾਮ ਜੇ ਮੈਂ ਗਲਤ ਨਹੀਂ ਹਾਂ ਤਾਂ ਜੀ ਉਹਨਾਂ ਨੇ ਕਿਹਾ ਕਿ ਇੱਕ ਕਿਸਾਨ ਦਾ ਬੱਚਾ ਇੱਕ ਕਿਸਾਨ ਦਾ ਬੱਚਾ ਉਹ ਮਤਲਬ ਕਿ ਕਿਸਾਨ ਜਿਹੜਾ ਹੈ ਉਹ ਦੋ ਕਿਲਿਆਂ ਦਾ ਮਾਲਕ ਹੈ ਤੇ ਜੇ ਉਹ 12 ਗੇੜੇ ਲਾਉਂਦਾ ਚੰਡੀਗੜ੍ਹ ਦੇ 26 ਨੂੰ ਤੁਸੀਂ ਹੁਣ 12 ਨਾਲ ਗੁਣਾ ਤੇ ਇਹ ਕਰ ਲਓ ਚਲੋ 3000 ਮੰਨ ਲਓ 360000 ਤਾਂ ਬਣ ਗਿਆ ਸਾਲਾਨਾ ਇਹ 360000 ਰੁਪਏ ਤਾਂ ਟੋਟਲ ਇਹੀ ਹੋ ਗਿਆ ਚਲੋ 26000 ਦਾ ਟੀਕਾ ਤੇ 4000 ਦਾ ਗੇੜਾ 30000 ਰੁਪਇਆ ਹਰੇਕ ਮਹੀਨੇ ਇੱਕ ਕਿਸਾਨ ਦੋ ਕਿੱਲਾਂ ਵਾਲਾ ਕਿਵੇਂ ਕੱਢੇਗਾ ਰੋਜ਼ ਦਾ 1000 ਰੁਪਇਆ ਤਾਂ ਬਈ ਅਸੀਂ ਗੁਜ਼ਾਰਿਸ਼ ਕਰਦੇ ਆਂ ਬੇਨਤੀ ਕਰਦੇ ਆਂ ਜੂਦੜੀ ਕਰਦੇ ਆਂ ਮਾਨ ਸਾਹਿਬ ਨੂੰ ਕਿ ਬਈ ਤੁਸੀਂ ਤੇ ਬਹੁਤ ਵੱਡੇ ਵੱਡੇ ਕਹਿ ਲੋ ਕਿ ਸੁਪਨੇ ਦਿਖਾ ਕੇ ਆਏ ਹਾਂ ਬੜੀਆਂ ਵੱਡੀਆਂ ਵੱਡੀਆਂ ਉਮੀਦਾਂ ਚਗਾ ਕੇ ਆਏ ਹਾਂ ਜੀ ਤਾਂ ਇਹਨਾਂ ਬੱਚਿਆਂ ਨੂੰ ਜਿਹੜੇ ਕਿ ਕਹਿ ਲੋ ਕਿ ਪਹਿਲਾਂ ਹੀ ਇੱਕ ਕੁਦਰਤ ਦੀ ਮਾਰ ਹੇਠ ਆ ਗਏ ਕੁਦਰਤ ਨੇ ਪਹਿਲਾਂ ਹੀ ਉਹਨਾਂ ਨੂੰ ਬਹੁਤ ਕਹ ਲੋ ਕਿ ਹੱਦ ਤੱਕ ਜ਼ਿੰਦਗੀ ਦੇ ਰੰਗਾਂ ਤੋਂ ਵਿਉਣਾ ਕਰ ਦਿੱਤਾ ਜਦੋਂ ਕੋਈ ਜਮਾਂਦਰੂ ਬਿਮਾਰ ਆ ਤੇ ਉਸ ਬਿਮਾਰੀ ਦਾ ਇਲਾਜ ਵੀ ਇਹੋ ਆ ਕਿ ਤੁਸੀਂ ਆਪਣਾ ਟ੍ਰੀਟਮੈਂਟ ਕਰੋ ਹਰ ਇੱਕ ਮਹੀਨੇ ਲਵੋ ਤਾਂ ਹੀ ਹੈ ਜਿਵੇਂ ਆਪਾਂ ਕੁਝ ਬੱਚੇ ਦੇਖਦੇ ਆ ਕਿ ਉਹਨਾਂ ਨੂੰ ਖੂਨ ਚੜਾਉਣਾ ਪੈਂਦਾ ਖੂਨ ਆਪਣੇ ਆਪ ਨਹੀਂ ਬਣਦਾ ਪਰ ਉਹਨਾਂ ਨਾਲ ਕੀ ਹੁੰਦਾ ਬਠਿੰਡੇ ਚ ਕੀ ਹੋਇਆ ਸੀ ਤੁਹਾਨੂੰ ਪਤਾ ਨਾ ਏਡਸ ਵਾਲਾ ਖੂਨ ਚੜਾ ਦਿੱਤਾ ਗਿਆ ਸੀ ਇਹ ਸਾਡੇ ਨਿظام ਦੀਆਂ ਸਾਡੇ ਸਿਸਟਮ ਦੀਆਂ ਬਹੁਤ ਵੱਡੀਆਂ ਕੁੱਤਾਈਆਂ ਨੇ ਤਾਂ 19 ਬੱਚੇ ਆ ਮਾਨ ਸਾਹਿਬ ਕਿੱਡੀ ਕੋ ਇਹ ਵੱਡੀ ਰਕਮ ਆ ਕਿ ਕਿੱਡੇ ਕੋ ਆਪਾਂ ਮਹਿਲ ਛੱਤ ਲਾਂਗੇ ਇਹਦੇ ਨਾਲ ਇਸੇ ਵੀਂ ਕਰਕੇ ਇਹ ਤਾਂ ਤੁਸੀਂ 15000 ਵਾਲਾ ਜਿਹੜਾ ਟੈਲੀਫੋਨ ਦਾ ਬਿੱਲ ਲੈਂਦੇ ਜੇ ਝੂਠ ਬੋਲਦੇ ਹੋ ਕਿ ਮੇਰਾ ਕਾਲ ਕੱਟੀ ਗਈ ਮੇਰਾ ਰੀਚਾਰਜ ਮੁੱਕ ਗਿਆ ਉਹ 15000 ਵਾਲਾ ਟੈਲੀਫੋਨ 'ਚ 5-5000 ਕੱਟ ਲਾ ਲਓ ਜਾਂ ਕਿਸੇ ਵੀ ਮਾਮਲੇ 'ਚ ਕੋਈ ਛੋਟਾ ਮੋਟਾ ਸੈਸ ਲਾਇਆ ਜਾ ਸਕਦਾ ਯਾਰ ਤਾਂ ਇਹ ਬੱਚੇ ਗਰੀਬ ਘਰਾਂ ਦੇ ਬੱਚੇ ਅਮੀਰ ਤਾਂ ਚਲੋ ਕਰਾ ਸਕਦਾ ਲਾਜ ਕਿਉਂਕਿ ਬਿਮਾਰੀ ਪੁੱਛ ਕੇ ਨਹੀਂ ਆਉਂਦੀ ਨੇਮ ਪਲੇਟ ਪੜ ਕੇ ਨਹੀਂ ਆਉਂਦੀ ਬਿਮਾਰੀ ਇੱਥੇ ਤੱਕ ਜੇ ਕੋਈ ਜਿਗਾਰਡਬੰਦੀ ਕਰ ਲਓਗੇ ਕਿਸੇ ਨੇ ਇਹ ਵੀ ਨਹੀਂ ਤੁਹਾਨੂੰ ਕਹਿਣਾ ਕਿ ਯਾਰ ਕਿਉਂ ਕਰ ਲਿਆ ਜਸ ਸਪான்ਸਰ ਕਰਾ ਲਓ ਬੱਚੇ ਕਿਸੇ ਤੋਂ ਬਹੁਤ ਤਗੜੇ ਲੋਕ ਪਏ ਨੇ ਜੀ ਸਰਕਾਰ ਅਪੀਲ ਕਰੇ ਜੀ ਕਿ ਹਾਂ ਵੀ ਇੱਕ ਇੱਕ ਬੱਚਾ ਤੁਸੀਂ ਲਓ ਯਾਰ ਜੀ ساری ਜ਼ਿੰਦਗੀ ਵਾਸਤੇ ਉਹਦੀ ਪੜ੍ਹਾਈ ਲਿਖਾਈ ਦਾ ਉਹਦੀ ਦਵਾਈ ਦਾ ਤਾਂ ਪੁਨਰੱਥੀ ਲੋਕ ਬਹੁਤ ਪਏ ਨੇ ਸੰਸਾਰ 'ਚ ਜੀ ਪਰ ਇਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਅਸੀਂ ਅੱਧ ਵਾਟੇ ਛੱਡ ਦਈਏ ਉਹ ਵੀ 19 ਬੱਚੇ ਤਾਂ ਸਾਡੇ ਲਈ ਮੇਰੇ ਖਿਆਲ ਦੇ ਨਾਲ ਬੇਸ਼ਰਮੀ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਇਧਰੋਂ ਨਾ ਮੈਨੂੰ ਵੀ ਇੱਕ ਮੈਸੇਜ ਆਇਆ ਸੀ ਮਿੰਟੂ ਜੀ ਚੋਲੋ ਧੰਨਵਾਦ ਤੁਸੀਂ ਕੀਤਾ ਤਾਂ ਮੈਨੂੰ ਯਾਦ ਆ ਗਿਆ ਮੈਸੇਜ ਤਾਂ ਉਹ ਸੱਜਣ ਸੀਗੇ ਚੋਲਾ ਸਾਹਿਬ ਲੱਗੇ ਤੇ ਜਿਸ ਤਰ੍ਹਾਂ ਦਿਨ ਆਪਾਂ ਪਹਿਲਾਂ ਕਲਾਈਮੇਟ ਚੇਂਜ ਦੀ ਗੱਲ ਕੀਤੀ ਹੈ ਤਾਂ ਮੈਂ ਉਹ ਜਰਾ ਪੂਰੀ ਕਰ ਦੇਣਾ ਫਿਰ ਤੁਹਾਡੇ ਵੱਲ ਵਾਪਸ ਹੋਣਾ ਕਮੈਂਟ ਲੈਣ ਜੀ ਤਾਂ ਇਹ ਕਹਿ ਰਹੇ ਸੀਗੇ ਕਿ ਨਾ ਸਾਡੇ ਲਾਗੇ 8 9 ਅਕਤੂਬਰ ਨੂੰ ਬਾਰਿਸ਼ ਜ਼ਿਆਦਾ ਪੈਣ ਕਰਕੇ ਨਾ ਮਿੰਟੂ ਜੀ ਕੀ ਹੋਇਆ ਕਿ ਸਾਡਾ ਕੋਈ ਕੱਸੀ ਨਾਲਾ ਸੀਗਾ ਉਹ ਟੁੱਟ ਗਿਆ ਜੇ ਰੋ ਟੁੱਟ ਗਿਆ ਕਹਿੰਦੇ ਕਿ ਪਿੰਡ ਵਾਲੇ ਬੰਨ ਲਾਉਣ ਤੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਨਾ ਕੋਈ ਵਿਭਾਗ ਦਾ ਬੰਦਾ ਆਇਆ ਇੱਥੋਂ ਤੱਕ ਵੀ ਅਸੀਂ ਬੇਨਤੀ ਕੀਤੀ ਕਿ ਯਾਰ ਇੱਕ ਵਾਰੀ ਪਾਣੀ ਘਟਾ ਦਿਓ ਅਸੀਂ ਬੰਨ ਲਾ ਲਈਏ ਸਾਡੀਆਂ ਫਸਲਾਂ ਬਚ ਜਾਣਗੀਆਂ ਕਹਿੰਦੇ ਯਾਰ ਨਾ ਪਿੱਛੇ ਤੋਂ ਪਾਣੀ ਘਟਾਇਆ ਨਾ ਕਿਸੇ ਲਿਆ ਕਿਸਾਰ ਲਈ ਨਾ ਕੋਈ ਕਹ ਲੋ ਕਿ ਡਰੇਨੇਜ ਡਿਪਾਰਟਮੈਂਟ ਦਾ ਨਾ ਕੋਈ ਇਰੀਗੇਸ਼ਨ ਦਾ ਕੋਈ ਬੰਦਾ ਪਹੁੰਚੇ ਹੀ ਨਹੀਂ ਸਾਡੇ ਰਖ ਕਹਿੰਦੇ ਕਿ ਪਿੰਡ ਵਾਲੇ ਵਿਚਾਰੇ ਆਪਣੇ ਆਪ ਹੀ ਮੱਥਾ ਮਾਰੀ ਗਏ ਇੱਥੇ ਤੇ ਇਹ ਹਾਲਿਆ ਕਿ ਛੇਤੀ ਕੀਤਿਆਂ ਜੇ ਕੋਈ ਮੰਨ ਲਓ ਸਵਾਰੀ ਡਿੱਗ ਪਵੇ ਜੀ ਜਾਂ ਕੋਈ ਬੰਦਾ ਕੋਈ ਨਹਿਰ ਦੇ ਵਿੱਚ ਇਸ ਤਰ੍ਹਾਂ ਡੁੱਬ ਜਾਵੇ ਜੀ ਉਹਦਾ ਪਾਣੀ ਬੰਦ ਕਰਾਉਣ ਵਾਸਤੇ ਬੜਾ ਜ਼ੋਰ ਲੱਗਦਾ ਜੀ ਹੁਣ ਸਾਡੇ ਪਿੰਡ ਤੇ ਲੱਗ ਕੇ ਇੱਕ ਵੱਡੀ ਨਹਿਰ ਗੁਜ਼ਰਦੀ ਹੈ ਜੀ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਟਰੈਜੇਡੀ ਹੋ ਜਾਵੇ ਤੇ ਬੜਾ ਮੁਸ਼ਕਲ ਉਹ ਪਾਣੀ ਘਟਾਉਣਾ ਪੈਂਦਾ ਜਾਂ ਲਵਾਉਣਾ ਪੈਂਦਾ ਲਾਸ਼ ਲੱਭਣ ਵਾਸਤੇ ਜੀ ਤੋਂ ਇਹ ਦਿੱਕਤਾਂ ਹਨ ਤੇ ਦੂਜੀ ਗੱਲ ਇਹ ਆ ਕਿ ਦੇਖੋ ਇਸ ਪਾਸੇ ਤੇ ਬਿਲਕੁਲ ਕਹਿ ਲੋ ਕਿ ਸਾਡੀ ਜ਼ੀਰੋ ਤਿਆਰੀ ਹੁੰਦੀ ਹੈ ਜੀ ਕਿ ਭਾਈ ਕਰੂਤਾ ਮੀਂਹ ਪੈ ਗਿਆ ਜਾਂ ਵੱਧ ਮੀਂਹ ਪੈ ਗਿਆ ਜੇ ਹੜਾਂ ਵਾਲੀ ਸਥਿਤੀ ਹੋਈ ਤਾਂ ਅਸੀਂ ਕਰਾਂਗੇ ਕੀ ਜੀ ਸੋ ਭਾਈ ਮੈਂ ਤੁਹਾਨੂੰ ਇੱਕੋ ਇਹਦਾ ਹੱਲ ਮਤਲਬ ਕਿ ਸੁਝਾਅ ਕਰ ਸਕਦਾ ਕਿ ਤੁਹਾਨੂੰ ਆਪਣਾ ਖੇਤੀ ਮਾਡਲ ਬਦਲਣਾ ਪੈਗਾ ਇਹ ਕੁਝ ਨਹੀਂ ਕਰ ਸਕਦੇ ਉਹਦੇ ਚੋਂ ਪਰਾਲੀ ਦਾ ਹੱਲ ਨਿਕਲਣਾ ਹੈ ਉਹਦੇ ਚੋਂ ਇਹਨਾਂ ਹੜਾਂ ਦਾ ਹੱਲ ਨਿਕਲਣਾ ਹੈ ਉਹਦੇ ਚੋਂ ਸਾਰਾ ਕੁਝ ਨਿਕਲ ਸਕਦਾ ਜੀ 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 ਤੋ ਕਲਾਈਮੇਟ ਚੇਂਜ ਤਾਂ ਹੁਣ ਕੱਲਾ ਪੰਜਾਬ ਦੇ ਹੱਥ ਹੈ ਨੀਗਾ ਆਪਾਂ ਕਹਿ ਦਈਏ ਕਿ ਕਿਸਾਨ ਕਲਾਈਮੇਟ ਚੇਂਜ ਤੇ ਕਾਬੂ ਪਾ ਲੈਬੇ ਉ ਤਾਂ ਸਮੂਹਿਕ ਕੋਸ਼ਿਸ਼ ਹੈ ਨਾ ਸੰਸਾਰ ਪੱਧਰ ਦੀ ਕੋਸ਼ਿਸ਼ ਹੈ ਕਿ ਸਾਰਾ ਸੰਸਾਰ ਰਲ ਮਿਲ ਕੇ ਜੋ ਧਰਤੀ ਦਾ ਟੈਂਪਰੇਚਰ ਵੱਧ ਰਿਹਾ ਹੈ ਮੈਂ ਤੇ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਮਾਨ ਸਾਹਿਬ ਕਿ ਸਮੁੰਦਰ ਦਾ ਪਾਣੀ ਤੇਜ਼ੀ ਨਾਲ ਐਸਡਿਕ ਹੋ ਰਿਹਾ ਹੈ ਤੇਜ਼ਾਬੀ ਤਸਾਬੀ ਹੋ ਰਿਹਾ ਹੈ ਤਾਂ ਉਹਦੇ ਨਾਲ ਕੀ ਹੈ ਕਿ ਉੱਥੋਂ ਦੀ ਵਨਸਪਤੀ ਨੂੰ ਖਤਰਾ ਹੋ ਗਿਆ ਕਿ 250 ਤੱਕ ਨਾ ਸਿਰਫ ਕਿਉਂਕਿ ਗਲੇਸ਼ੀਅਰ ਪਿਘਲ ਰਹੇ ਨੇ ਨਾ ਸਿਰਫ ਕੁਝ ਸ਼ਹਿਰਾਂ ਦੇ ਡੁੱਬਣ ਦੇ ਅਸਾਰ ਨੇ ਬਲਕਿ ਸਮੁੰਦਰੀ ਜੀਵ ਜੰਤੂ ਜਿਹੜੇ ਆ ਉਹ ਵੀ ਖਤਰੇ 'ਚ ਆ ਗਏ ਨੇ ਤੇ ਇਹ ਵੀ ਇੱਕ ਸਮੱਸਿਆ ਹੈ ਉਹ ਇਹਦੇ ਚ ਜੋ ਕੁਝ ਕੀਤਾ ਜਾ ਸਕਦਾ ਘਟੂ ਘਟ ਉਹ ਕਰਨਾ ਬਹੁਤ ਲਾਜ਼ਮੀ ਹੈ ਜੀ 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 ਬਿਲਕੁਲ ਬਿਲਕੁਲ ਜੀ ਇਧਰੋਂ ਮਿੰਟੂ ਜੀ ਦਵਿੰਦਰ ਸੈਣੀ ਹੈ ਇਹ ਕਹਿੰਦੇ ਕਿ ਮੇਰੀ ਵੀ 2 2.5 ਸਾਲ ਦੀ ਬੇਟੀ ਹੈ ਉਹਨੂੰ ਵੀ ਇਹੀ ਬਿਮਾਰੀ ਨਾਲ ਪੀੜਤ ਹੈ ਜੀ ਕਹਿੰਦੇ ਕਿ ਤੇ ਮਤਲਬ ਕਹਿੰਦੇ ਕਿ ਅਸੀਂ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਵਾ ਰਹੇ ਆ ਕਿ ਖੈਰ ਮਿੰਟੂ ਜੀ ਚਲੋ ਦਵਾਈ ਕਰ ਸਕਦੇ ਆ ਇੱਕ ਇਸ ਤਰ੍ਹਾਂ ਦੇ ਨਾਲ ਜੇ ਕਿਸੇ ਨੂੰ ਵੀ ਆ ਹੈ ਜਾਂ ਕਿਸੇ ਦਾ ਕੋਈ ਬੱਚਾ ਹੈ ਜਾਂ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਹੈ ਜਾਂ ਕੋਈ ਕਿਸੇ ਨੇੜੂ ਦਾ ਤਾ ਉਹਦਾ ਜਿਹੜਾ ਹੈ ਕਿ ਵਾਇਗੁਰੂ ਅੱਗੇ ਦਵਾਈ ਕਰ ਸਕਦੇ ਆ ਕਿ ਛੇ ਦੀ ਆ ਉਹਨਾਂ ਲਈ ਉਹਨਾਂ ਲਈ ਤੇ ਦੁਆ ਕਰ ਸਕਦੇ ਉਹ ਬੱਚੇ ਨੇ ਸਾਡੇ ਸਾਡੇ ਆਪਣਿਆਂ ਦੇ ਬੱਚੇ ਨੇ ਸਾਡੇ ਬੱਚੇ ਨੇ ਉਹ ਸਾਰਿਆਂ ਦੇ ਬੱਚਾ ਤਾਂ ਤੁਹਾਨੂੰ ਪਤਾ ਨਾ ਖੁਦਾ ਦਾ ਰੂਪ ਹੁੰਦਾ ਹੈ ਜੀ ਉਹ ਸਾਡੇ ਬੱਚੇ ਨੇ ਤਾਂ ਹੀ ਕਹਿ ਰਹੇ ਆ ਪਰ ਉਹਨਾਂ ਲਈ ਤੇ ਦੁਆ ਕਰ ਸਕਦੇ ਆ ਜਿਨ੍ਹਾਂ ਨੇ ਦਵਾ ਕਰਨੀ ਹੈ ਉਹਨਾਂ ਨੂੰ ਤੇ ਕਰੀਏ ਨਾ ਉਹਨਾਂ ਨੂੰ ਤਾਂ ਸਲਾਹ ਕਰੀਏ ਜੀ ਜੀ ਕਿ ਹਾਂ ਭਾਈ ਹੱਥ ਜੁੜੇ ਤੁਹਾਡੇ ਅੱਗੇ ਸਾਨੂੰ ਇਸ ਤਰ੍ਹਾਂ ਦਾ ਬਦਲਾ ਨਹੀਂ ਚਾਹੀਦਾ ਕਿ ਤੁਹਾਡੇ ਨਾਲ ਤੋਂ ਫਿਰ ਪਿਛਲੇ ਹੀ ਚੰਗੇ ਸੀਗੇ ਨਾ ਕਿ ਘਟੋ ਘਟ ਇਹਨਾਂ ਬੱਚਿਆਂ ਦੀ ਬਾਹ ਫੜੀ ਰੱਖੀ ਆ ਸੋ ਇਹਨਾਂ ਨੂੰ ਨਾ ਛੱਡੋ ਇਹਨਾਂ ਬੱਚਿਆਂ ਜੀ 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 ਨਾ ਛੱਡੋ